ਜਿਹੜੀ-ਜਿਹੜੀ ਚੀਜ਼ ਆਰਗੈਨਿਕ ਤਿਆਰ ਕੀਤੀ ਆਪਣੇ ਉਹਨਾਂ। ਆਰਗੈਨਿਕ ਜੀ ਪਹਿਲੇ ਤੇ ਫਰੂਟ ਨੂੰ ਆਪ ਪਹਿਲ ਦਿੱਤੀ ਆ ਜਿੰਨਾ ਕਿ ਥੋੜਾ-ਬਹੁਤ ਖਾਣ ਵਾਸਤੇ ਜਿਸ ਤਰ੍ਹਾਂ ਅਮਰੂਦ ਹੋ ਗਿਆ, ਨਿੰਬੂ ਹੋ ਗਿਆ, ਕਿੰਨੂ ਆ, ਚਕੋਤਰਾ ਵਾ, ਅਲੀਜੀ ਆ। ਇਹ ਬੂਟੇ ਲਾਏ ਆ। ਇਹਨਾਂ ਨੂੰ ਮਤਲਬ ਆਰਗੈਨਿਕ ਹੀ ਰੱਖਦੇ ਆ। ਇਹ ਹੋਰ ਕੋਈ ਦਵਾਈਆਂ ਦੁਈਆਂ ਨਹੀਂ ਵਰਤੇ। ਇਹ ਲਗਭਗ ਬੂਟਾ ਕਿੰਨੇ ਕਿੰਨੇ ਚਿਰਦਾ ਹੋ ਗਿਆ ਏ। ਇਹ 7-8 ਸਾਲ ਦਾ ਬੂਟਾ ਵਾ ਜੀ ਤੇ ਦੇਸੀ ਆ ਇਹਨੂੰ ਦੇਸੀ ਹਲਾਬਾ ਦੀ ਬੂਟਾ ਆਂਦੇ ਆ। ਤੇ ਨਮਦਾ ਤੇ ਲਸੀ ਦਾ ਰਲਾ ਕੇ ਮਿਸ਼ਰਨ ਬਣਾ ਕੇ ਤੇ ਉਹਦੀ ਵੀ ਸਪਰੇਅ ਕਰ ਦਿੰਦੇ ਜੇ ਮੰਨ ਲਓ ਜャ ਜਾਬਦਾ ਵਾਚ ਇਹਦੀ ਖਰਾਕ ਕੀ ਜੇ ਹਾਂ ਜੇ ਇਹੋ ਹੀ ਹੈ ਰੂੜੀ ਤੇ ਮਾਲ ਦਾ ਮੱਜਾਂ ਦਾ ਥੋੜਾ ਜਿਹਾ ਨਾ ਪਸ਼ਾਬ ਪਾਣੀ ਦੇ ਵਿੱਚ ਰਲਾ ਕੇ ਪਾਈਦਾ ਉਹਦੇ ਨਾਲ ਚੰਗੀ ਸਿਹਤ ਬਣ ਜਾਂਦੀ ਹੈ ਮੁੱਟਿਆਂ ਦੀ ਫੜ ਵੀ ਝੰਡਾ ਸਮਰ نیوز ਵੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਆ ਮੈਂ ਜਸਪਾਲ ਸ਼ਰਮਾ ਅੱਜ ਹੀ ਜੰਡਿਆਲਾ ਗੁਰੂ ਬਲਾਗ ਦੇ ਪਿੰਡ ਧਾਰੜ ਵਿਖੇ ਆਏ ਆ ਇੱਕ ਅਜਿਹੇ ਅਗਾਹ ਵਧੂ ਕਿਸਾਨ ਨਾਲ ਆ ਤੈਨੂੰ ਮਿਲੌਣ ਜਾ ਰਹੇ ਆ ਜਿਨ੍ਹਾਂ ਨੇ ਕਿ ਬਹੁਤ ਸਾਰੀਆਂ ਫਸਲਾਂ ਆਰਗੈਨਿਕ ਪੈਦਾ ਕੀਤੀਆਂ ਮੇਰੇ ਕੋਲ ਵੀਰ ਖੜੇ ਆ ਕਿਸਾਨ ਵੀਰ ਮੈਂ ਉਹਨਾਂ ਨਾਲ ਗੱਲਬਾਤ ਕਰੂੰਗਾ ਹਾਂਜੀ ਵੀਰ ਜੀ ਕੀ ਨਾਂ ਤੁਹਾਡਾ ਜੀ ਬਲਵੀਰ ਸਿੰਘ ਜੀ ਸ਼ਰਮਾ ਜੀ ਤੇ ਤੁਸੀਂ ਇਹ ਕਿਹੜੀ-ਕਿਹੜੀ ਚੀਜ਼ ਆਰਗੈਨਿਕ ਤਿਆਰ ਕੀਤੀ ਆਪਣੇ ਵੱਲੋਂ ਔਰਗੈਨਿਕ ਜੀ ਪਹਿਲੇ ਤੇ ਫਰੂਟ ਨੂੰ ਆ ਪਹਿਲ ਦਿੱਤੀ ਆ ਜਿੰਨਾ ਕਿ ਥੋੜਾ ਬਹੁਤ ਖਾਣ ਵਾਸਤੇ ਜਿਸ ਤਰ੍ਹਾਂ ਅਮਰੂਦ ਹੋ ਗਿਆ ਨਿੰਬੂ ਹੋ ਗਿਆ ਕਿੰਨੂ ਆ ਚਕੋਧਰਾ ਵਾ ਅਲੀਚੀ ਆ ਇਹ ਬੂਟੇ ਲਾਏ ਆ ਇਹਨਾਂ ਨੂੰ ਮਤਲਬ ਔਰਗੈਨਿਕ ਹੀ ਰੱਖਦੇ ਆ ਹੀ ਹੋਰ ਕੋਈ ਦਵਾਈਆਂ ਦੂਈਆਂ ਨਹੀਂ ਵਰਦੇ ਤੇ ਨਿੰਮ ਦਾ ਤੇ ਲੱਸੀ ਦਾ ਰਲਾ ਕੇ ਮਿਸ਼ਰਣ ਬਣਾ ਕੇ ਤੇ ਉਹਦੀ ਵੀ ਸਪਰੇਅ ਕਰ ਦਿੰਦੇ ਜੇ ਮੰਨ ਲਓ ਕੀੜਾ ਜਾਪਦਾ ਵਾ ਤੇ ਤੇ ਉਹਦੇ ਵਾਸਤੇ ਤੇ ਇਹੋ ਕੋਸ਼ਿਸ਼ ਆ ਇਹ ਆਪਾਂ ਹੁਣ ਅਮਰੂਦ ਦੇ ਬੂਟੇ ਦੇ ਥੱਲੇ ਆਪਾਂ ਖੜੇ ਆ ਇਹ ਲਗਭਗ ਬੂਟਾ ਕਿੰਨੇ ਕਿੰਨੇ ਚਿਰ ਦਾ ਹੋ ਗਿਆ ਹੈ ਇਹ 7-8 ਸਾਲ ਦਾ ਬੂਟਾ ਵਾ ਜੀ ਤੇ ਇਹ ਦੇਸੀ ਆ ਇਹਨੂੰ ਦੇਸੀ ਅਲਾਹਾਬਾਦੀ ਬੂਟਾ ਆਂਦੇ ਆ ਤੇ ਲਗਭਗ ਇਹਨੂੰ 1.5 ਤੋਂ 2 ਕੁਇੰਟਾਲ ਅਮਰੂਦ ਲੱਗ ਜਾਂਦਾ ਵਾ ਇੱਕ ਫਸਲ ਦਾ ਠੀਕ ਆ ਤੇ ਦੋ ਫਸਲਾਂ ਦਿੰਦਾ ਇਹ ਦੋ ਬਾਰੀ ਲੱਗਦਾ ਸਾਲ ਦੇ ਵਿੱਚ ਠੀਕ ਹੈ ਜੀ ਆਪਾਂ ਇਹ ਹੋਰ ਵੀ ਜਿਹੜੇ ਬੂਟੇ ਇਹਨਾਂ ਨੂੰ ਵਲੋਂ ਉਗਾਏ ਗਏ ਆਪਾਂ ਉਹਨਾਂ ਵਾਲੇ ਵੀ ਲੈ ਕੇ ਚੱਲਦੇ ਇਹਨਾਂ ਨੂੰ ਹੁਣ ਆਪਾਂ ਇੱਥੇ ਨਿੰਬੂ ਦੇ ਬੂਟੇ ਕੋਲ ਆਏ ਆਂ ਇਹ ਜਿਹੜਾ ਬੂਟਾ ਵਾ ਇਹ ਲਗਭਗ ਕਿੰਨੇ ਚਿਰ ਦਾ ਹੋ ਗਿਆ ਜੀ ਇਹ ਤੇ 2 ਸਾਲ ਦਾ ਹੀ ਆ ਜੀ ਤੇ ਬੂਟਾ ਤੇ ਆਮ ਹੀ ਆ ਇਹ ਵੀ ਤੇ ਪਰ ਇਹਦੀ ਜਿਹੜੀ ਖਰਾਕ ਆ ਉਹ ਖਾਸ ਵਾ ਬਸ ਇਹਦੀ ਇਹੋ ਖਾਸੀਅਤ ਆ ਬੂਟਾ ਤੇ ਆਮ ਹੀ ਆ ਆਮ ਨਰਸਰੀ ਚੋਂ ਹੀ ਲਿਆ ਆ ਬਗਿਆ ਵਾ ਇਹਦੀ ਖਰਾਕ ਕੀ ਜੇ ਲਾ ਕੇ ਇਹੋ ਹੀ ਆ ਰੂੜੀ ਤੇ ਮਾਲ ਦਾ ਮੱਜਾਂ ਦਾ ਥੋੜਾ ਜਿਹਾ ਨਾ ਪਿਸ਼ਾਬ ਪਾਣੀ ਦੇ ਵਿੱਚ ਰਲਾ ਕੇ ਪਾਈਦਾ ਉਹਦੇ ਨਾਲ ਚੰਗੀ ਸਿਹਤ ਬਣ ਜਾਂਦੀ ਆ ਬੂਟਿਆਂ ਦੀ ਫਲ ਵੀ ਚੰਗਾ ਦਿੰਦਾ ਇਹਨੂੰ ਲਗਭਗ ਕਿੰਨਾ ਕੁ ਫਲ ਲੱਗ ਜਾਂਦਾ ਬੂਟੇ ਨੂੰ ਫਲ ਦੇਖੋ ਜੀ ਇਹ ਹੀ 8-10 ਜੀ ਦਾ ਦਾ ਪਰਿਵਾਰ ਆ ਉਹਦੇ ਵਾਸਤੇ ਸਾਰੇ ਸਮੇਂ ਵਾਸਤੇ ਹੀ ਇਹ ਗਿਣ ਲਓ ਸਾਡਾ ਇਹ ਲੋੜ ਪੂਰੀ ਕਰੀ ਜਾਂਦਾ ਵਾ ਇਹ ਸਲਾਦ ਵਾਸਤੇ ਵੀ ਤੇ ਸਕੰਜਵੀ ਵਾਸਤੇ ਵੀ ਤੇ ਹੋਰ ਵੀ ਜੇ ਥੋੜਾ ਬਹੁਤ ਵਰਤਣਾ ਵਾ ਪਰ ਅਚਾਰੇ ਛੋਟਾ ਬੂਟਾ ਹੋਣ ਦਾ ਕਰਕੇ ਇੱਕ ਬੂਟਾ ਨਾਲ ਹੋ ਰਿਹਾ ਉਹਦਾ achar ਬਣ ਜਾਂਦਾ ਵਾ ਠੀਕ ਆ ਅ ਇਸ ਤੋਂ ਇਲਾਵਾ ਹੋਰ ਵੀ ਬੂਟੇ ਮੈਂ ਵੇਖਣ ਦਿਆਂ ਵਾ ਇੱਥੇ ਲਾਇਆ ਇੱਕ ਕੇਲੇ ਦਾ ਰੁੱਖ ਲਾਇਆ ਵਾ ਇਹ ਕੇਲੇ ਦਾ ਰੁੱਖ ਜਿਹੜਾ ਆਪਣਾ ਵੀਰਜੀ ਲਾਇਆ ਇਹਨੂੰ ਕਿੰਨਾ ਚਿਰ ਹੋ ਗਿਆ ਜੀ ਲਗਭਗ ਜੀ ਦੇਖੋ ਜੀ ਸਾਲ ਚ ਫਲ ਦੇਣ ਦਾ ਪੈਂਦਾ ਵਾ ਇਹ ਮਲੇਰ ਕੋਟਲੇ ਦੀ ਨਰਸਰੀ ਤੋਂ ਮੰਗਵਾਇਆ ਵਾ ਤੇ ਇਹਨੂੰ ਇੱਕ ਬੂਟੇ ਨੂੰ ਇੱਕ ਵਾਰੀ ਲਗਭਗ 150 ਦਾਣੇ ਲੱਗਦੇ ਆ ਕੇਲੇਾਂ ਦੇ ਮਤਲਬ ਇਹਨੂੰ ਕਿੰਨਾ ਚਿਰ ਹੋਇਆ ਲਾਇਆ ਇਹਨੂੰ ਇਹ 1.5 ਸਾਲ ਹੋਇਆ ਤੇ ਇਹਦਾ ਕਿੰਨੀ ਵਾਰੀ ਹੁਣ ਤੱਕ ਫਲ ਲੱਗ ਚੁੱਕਾ ਇੱਕ ਦੋ ਗੁੱਛੇ ਲਾਏ ਆ ਜੇ ਤੇ ਬਾਕੀ ਹੁਣ ਇਹ ਤਿਆਰੀ ਚ ਹੈ ਪੂਰੇ ਗੁੱਛੇ ਆਣਦੇ ਬੂਟੇ ਤਿਆਰ ਹੋਏ ਆ ਤੇ ਲੱਗਦੇ ਰਹਿੰਦੇ ਆ ਮੁਣਕੇ ਫਗਣ ਚੇਤ ਨੂੰ ਲੱਥਣਗੇ ਠੀਕ ਆ ਹਾਂ ਜਿੱਤਰਾ ਤੁਸੀਂ ਕਹਿ ਲੋ ਮਾਰਚ ਅਪ੍ਰੈਲ ਨੂੰ ਠੀਕ ਆ ਜੀ ਇਸ ਤੋਂ ਇਲਾਵਾ ਹੋਰ ਆ ਲਾਗੇ ਮੈਂ ਹੋਰ ਵੀ ਵੇਖਣ ਡਿਆਂ ਆ ਇਹ ਕੀ ਜੇ ਆਲੇ ਆ ਇਹ ਤੇ ਹੀੜਾਂ ਤੇ ਮਤਲਬ ਸਰੋਂ ਆ ਜਿਸ ਤਰ੍ਹਾਂ ਨਾ ਇਹ ਮੁੰਡਾ ਸਾਡਾ ਗਿਆ ਸੀ ਸਵੀਡਨ ਚ ਤੇ ਉੱਥੇ ਇਸ ਤਰ੍ਹਾਂ ਦੀ ਖੇਤੀ ਹੁੰਦੀ ਸੀ ਵੀ ਕਿਤੇ ਕਿਤੇ ਦਾਣਾ ਉਹਨਾਂ ਸਰੋਂ ਦਾ ਸੁੱਟਿਆ ਕਿਤੇ ਕੋਸ਼ ਸੁੱਟਿਆ ਵਾ ਤੇ ਆਰਗੈਨਿਕ ਹੀ ਸਾਰੀ ਉਹਦੀ ਨਗਲ ਦੇ ਆਧਾਰ ਦੇ ਉੱਤੇ ਇਹਨੇ ਨਾ ਮਤਲਬ ਆ ਦਾਣੇ ਸਰੋਂ ਦੇ ਖਿਲਾਰੇ ਆ ਤੇ ਸਾਰਾ ਸਮਾਂ ਹੀ ਇਹਦੇ ਤੋਂ ਸਾਗ ਖਾਣੇ ਹੀ ਮਤਲਬ ਵੇਖ ਲਓ ਵੀ ਮਾਰਚ ਅਪ੍ਰੈਲ ਤੱਕ ਇਹ ਨਹੀਂ ਚੱਲਣਾ ਵਾ ਜਨਵਰੀ ਤੋਂ ਪਹਿਲਾਂ ਹੰਦਾ ਸ਼ੁਰੂ ਹੈ ਦਸੰਬਰ ਤੋਂ ਸ਼ੁਰੂ ਹੋ ਕੇ ਤੇ ਮਾਰਚ ਤੱਕ ਚੱਲ ਜਾਂਦਾ ਸਾਰੇ ਠੀਕ ਹੈ ਜੀ ਤੇ ਇਹਨੂੰ ਕੋਈ ਖਾਸ ਹੋਰ ਚੀਜ਼ ਪਾਉਣ ਦੀ ਲੋੜ ਨਹੀਂ ਗਈ ਇਹਦੇ ਨਾਲ ਹੀ ਇਸੇ ਬੂਟਿਆਂ ਦੇ ਨਾਲ ਹੀ ਇਹ ਪੜ ਜਾਂਦੇ ਆ ਬੂਟੇ ਤੇ ਇਹਨੇ ਘਰ ਦੀ ਵਰਤਵਾਸ ਤੇ ਬਹੁਤ ਹੋ ਜਾਂਦੇ ਆ ਠੀਕ ਹੈ ਐੜੀ ਕੀ ਆ ਬਤਾਉਣੀ ਲੱਗੀ ਹੈ ਬਤਾਉਣੀ ਜਰਾ ਇੱਧਰ ਕੈਮਰਾ ਮਾਰਿਓ ਬਣਾ ਕੈਮਰਾਮੈਨ ਨੂੰ ਕਹਿੰਕੋ ਜਰਾ ਇਹਨਾਂ ਬਤਾਉਣੀ ਦੇ ਬੂਟੇ ਲੱਗੇ ਆ ਛੋਟੇ ਛੋਟੇ ਬਤਾਉਣ ਲੱਗੇ ਆ ਤੇ ਇਹ ਵੀ ਆਰਗੈਨਿਕ ਹੀ ਆ ਸਾਰਾ ਹਾਂਜੀ ਦੇਖੋ ਜੀ ਜਦੋਂ ਵੀ ਆਪਾਂ ਉਹ ਬਰੂਦ ਦੇ ਬੂਟੇ ਤੋਂ ਤੁਰੇ ਸਾਰੀ ਆਰਗੈਨਿਕ ਖੇਤੀ ਆਏ 1 ਏਕੜ ਦੇ ਲਗਭਗ ਆ ਸਾਡੇ ਕੋਲ ਇਹਦੇ ਵਿੱਚ ਕੁਝ ਛਟਾਲਾ ਵਾ ਤੇ ਕੁਝ ਖਾਣ ਪੀਣ ਵਾਲੀਆਂ ਸਬਜ਼ੀਆਂ ਵਾਂ ਤੇ ਕੁਝ ਫਰੂਟ ਆ ਅੱਛਾ ਜੀ ਹਾਂ ਸਾਰਾ ਇਹਦਾ ਸਾਰਾ ਇਹ ਲਗਭਗ ਇੱਕ ਕਿਲੇ ਦੇ ਕਰੀਬ ਆ ਸਾਡੇ ਕੋਲ ਰਕਬਾ ਤੇ ਕਮਾਤ ਤੇ ਬਿਲਕੁਲੋਂ ਥੋੜਾ ਜਿਹਾ ਹੀ ਆ ਲਾਇਆ ਤੇ ਚੂਪਣ ਵਾਸਤੇ ਹੀ ਪਰ ਉਹ ਥੋੜਾ ਜਿਹਾ ਵੱਧ ਜਾਣਾ ਵਾ ਇੱਕ ਦੀ ਵੇਖਾਂਗੇ ਟ੍ਰੇਲ ਗੋੜ ਬਣਾ ਕੇ ਵੀ ਕੀ ਸਵਾਦ ਦੱਸਦਾ ਉਹਦਾ ਤੇ ਗਾਂ ਫੇਵਦਾਵਾਂਗੇ ਉਹਦਾ ਇਹ ਮਤਲਬ ਤੁਹਾਡੇ ਕਿਸ ਤਰ੍ਹਾਂ ਤੁਹਾਡੇ ਮਨ ਚ ਵਿਚਾਰ ਆਇਆ ਕਿ ਹੀ ਵੀ ਜਿਹੜੇ ਆਰਗੈਨਿਕ ਖੇਤੀ ਕਰਨ ਦਾ ਕਰੀਏ ਨਹੀਂ ਵੇਖੋ ਜੀ ਵਿਚਾਰ ਕੀ ਆਉਣਾ ਵਾ ਇਹ ਸਾਡੇ ਵੀਂਦਿਆਂ ਤੇ ਰਸਾਇਣ ਖਾਦਾਂ ਆਈਆਂ ਵਾ ਤੇ ਜਦੋਂ ਇਹ ਖੰਡ ਚੱਲੀ ਆ ਸਾਡੇ ਬਜ਼ੁਰਗਾਂ ਨੇ ਹੁੰਦੇ ਸੀ ਤੁਹਾਡੀਆਂ ਹੱਡੀਆਂ ਗਲ ਜਾਣੀਆਂ ਵਾ ਖੰਡ ਨਾ ਖਾਇਆ ਕਰੋ ਤੇ ਪਰ ਉਦੋਂ ਇਹ ਲੋਕ ਮਖੌਲ ਗਿੰਦੇ ਸੀ ਕਿ ਉਦੋਂ ਤਗੜੇ ਲੋਕਾਂ ਦੀ ਪਹੁੰਚ ਖੰਡ ਆਉਂਦੀ ਸੀ ਤੇ ਆਂਦੇ ਬੱਲੇ ਬੱਲੇ ਹੀ ਖੰਡ ਦੀ ਚਾਹ ਪੀਂਦੇ ਆ ਤੇ ਹੁਣ ਆ ਜਿਹੜੀਆਂ 슈ਗਰ ਦੀਆਂ ਬਿਮਾਰੀਆਂ ਇਹ ਸਾਰੀਆਂ ਖੰਡ ਤੋਂ ਚੱਲ ਪਈਆਂ ਮੈਂ ਹੁਣ ਉਹ ਹੱਡੀਆਂ ਨੂੰ ਗਲਣ ਡੈ ਪਈ ਆ ਉਹ ਸੱਚ ਆ ਸਿਆਣਿਆਂ ਦਾ ਤੇ ਉਹਦੇ ਕਥਨ ਤੋਂ ਹੀ ਮਤਲਬ ਇਹੀ ਲੈ ਕੇ ਸੇਹ ਤੇ ਆਨੇ ਆ ਵੀ ਵਾਕਿਆ ਸਾਡੇ ਸਿਆਣੇ ਜਿਹੜੇ ਬਜ਼ੁਰਗ ਹੀ ਉਹ ਸੱਚੇ ਹੀ ਅਹੀ ਝੂਠੇ ਸਾਂ ਤੇ ਉਹਦੇ ਆਧਾਰ ਤੇ ਇਹੀ ਆਨੇ ਆ ਵੀ ਚਲੋ ਵੇਖ ਲਈਏ ਆਪਣਾ ਅਜਮਾ ਕੇ ਦੁਕਸਾ ਠੀਕ ਹੈ ਤੇ ਹਾਂ ਸਾਡੇ ਕੋਲ ਕੋਈ ਛੋਟਾ ਜਿਹਾ ਬੱਚਾ ਵੀ ਆ ਹਾਂ ਬੇਟਾ ਕੀ ਨਾਂ ਡੜਾ ਮੇਰਾ ਨਾਂ ਗੁਰਸਾਂ ਸਿੰਘ ਦੀਪ ਸਿੰਘ ਜੇੜੀ ਇਹ ਜਿਹੜੀਆਂ ਆਰਗੈਨਿਕ ਚੀਜ਼ਾਂ ਵਾਂ ਜਿੱਦਾਂ ਕਿ ਤੁਸੀਂ ਅਮਰੂਦ ਲਾ ਲਓ ਜਾਂ ਕੋਈ ਕੇਲੇ ਆ ਜਾਂ ਹੋਰ ਵੀ ਫਲ ਕਿਸੇ ਤਰ੍ਹਾਂ ਦਾ ਵੀ ਫਾਲਿਆ ਜਾਂ ਗੰਨਾ ਵਾਂ ਮਤਲਬ ਇਹਦਾ ਤੇ ਦੂਜੀ ਜਿਹੜੀ ਖਾਦਾਂ ਦਵਾਈਆਂ ਨਾਲ ਚੀਜ਼ਾਂ ਬਣਦੀਆਂ ਉਹਨਾਂ ਦਾ ਕੋਈ ਟੇਸਟ ਦਾ ਫਰਕ ਹੁੰਦਾ ਵਾ ਹਾਂਜੀ ਫਰਕ ਹੁੰਦਾ ਵਾ ਜਿਹੜੇ ਆਪਾਂ ਸ਼ਾਪ ਤੋਂ ਲਿਓਨੇ ਆ ਫਰੂਟ ਉਹਦਾ ਫਰਕ ਇਹ ਹੁੰਦਾ ਵਾ ਕਿ ਉਹਦੀ ਮਿਠਾਸ ਇਹ ਤੋਂ ਘੱਟ ਹੁੰਦੀ ਆ ਤੇ ਜਿਹੜੇ ਮਿਠਾਸ ਫਰੂਟ ਦਿੰਦੇ ਆ ਸ਼ਾਪ ਵਾਲੇ ਉਹਦੇ ਵਿੱਚ ਉਹਦੇ ਵਿੱਚ ਆਪਾਂ ਦਵਾਈ ਦਵਾਈ ਦਾ ਵੀ ਜਿਹੜੇ ਸ਼ਾਪਕੀਪਰ ਯੂਜ਼ ਕਰਦੇ ਆ ਇਸ ਕਰਕੇ ਜਿਹੜੀ ਆਪਾਂ ਆਰਗੇਨਿਕ ਫਰੂਟ ਖਾਣੇ ਜਾਂ ਸਬਜ਼ੀਆਂ ਖਾਣੇ ਆ ਇਹਨਾਂ ਦਾ ਮਤਲਬ ਫਰੂਟ ਦਾ ਤੇ ਜ਼ਿਆਦਾਤਰ ਮਿਠਾਸ ਦਾ ਫਰਕ ਹੁੰਦਾ ਬਹੁਤ ਜ਼ਿਆਦਾ ਇਹਨਾਂ ਦਾ ਲਾਭ ਵੀ ਹੈਗਾ ਕੋਈ ਆਪਾਂ ਨੂੰ ਦੂਜੀਆਂ ਚੀਜ਼ਾਂ ਨਾਲੋਂ ਲਾਭ ਹਾਂਜੀ ਜੇ ਆਪਾਂ ਹੁਣ ਕਹੀਏ ਵੀ ਕੋਈ ਆਪਾਂ ਸ਼ਾਪ ਤੋਂ ਲਿਆ ਕੇ ਚੀਜ਼ ਖਾਣੇ ਆ ਉਹਦਾ ਇਹ ਆ ਵੀ ਨੁਕਸਾਨ ਜ਼ਰੂਰ ਹੋਗਾ ਜਿੱਦਾਂ ਹੁਣ ਆਪਾਂ ਇਹ ਵਾਟਰਮੈਲਨ ਕਹਿ ਦਿੰਦੇ ਆ ਦਿਵਾਨਾ ਆਪਾਂ ਜਿਹਨੂੰ ਪੰਜਾਬੀ ਚ ਕਹਿੰਦੇ ਆ ਉਹ ਆਪਾਂ ਖਾਨੇ ਆ ਉਹਨੂੰ ਲੱਗਦਾ ਵਾ ਟੀਕਾ ਜਿਹੜੇ ਸ਼ਾਪ ਤੇ ਆਉਂਦੇ ਆ ਮਤਲਬ ਇਹ ਤੇ ਉਹਨੂੰ ਟੀਕਾ ਮਠਾਸਲੀ ਲੱਗਦਾ ਜੇ ਜਿਹੜਾ ਆਪਾਂ ਹੁਣ ਘਰ ਰਗਾ ਕੇ ਖਾਵਾਂਗੇ ਉਹਨੂੰ ਇਹ ਆਪਾਂ ਨਾ ਕੋਈ ਟੀਕਾ ਲਾਉਣਾ ਵਾ ਤੇ ਇਸ ਕਰਕੇ ਉਹਨੂੰ ਆਪਾਂ ਉਹ ਵੀ ਪਾਉਨੇ ਆ ਰੂੜੀ ਵੀ ਪਾਉਨੇ ਆ ਤੇ ਜ਼ਿਆਦਾ ਤੋਂ ਜ਼ਿਆਦਾ ਇਹ ਆ ਵੀ ਆਪਾਂ ਜਿਹੜੇ ਘਰ ਫਰੂਟ ਲਾ ਕੇ ਖਾਣੇ ਆ ਉਹ ਸਭ ਤੋਂ ਜ਼ਿਆਦਾ ਬੈਸਟ ਆ ਤੇ ਜਿਹੜੇ ਆਪਾਂ ਦੁਕਾਨ ਤੋਂ ਲਿਆ ਕੇ ਖਾਣੇ ਆ ਉਹ ਜਾਂ ਇਹਨਾਂ ਨੂੰ ਮਤਲਬ ਉਹਨਾਂ 'ਚ ਕੋਈ ਪਰਸੈਂਟ ਉਹਨਾਂ ਦਾ ਨੁਕਸਾਨ ਵੀ ਹੈਗਾ ਵਾ ਮਤਲਬ ਜਿਹੜਾ ਬਜਾਰੀ ਫਰੂਟ ਆ ਉਹਨੂੰ ਮਤਲਬ ਟੀਕੇ ਲਾ ਕੇ ਜਾਂ ਕੋਈ ਦਵਾਈਆਂ ਲਾ ਕੇ ਉਹ 'ਚ ਮਠਾਸਪੇਤਾ ਕੀਤੀ ਜਾਂਦੀ ਆ ਜਿਹੜਾ ਇਹ ਆਰਗੈਨਿਕ ਇਹਨੂੰ ਕੁਦਰਤੀ ਮਠਾਸੇ ਦੇ ਵਿੱਚ ਪੈਦਾ ਹੁੰਦੀ ਇਹੋ ਗੱਲ ਹੈ ਨਾ ਹਾਂਜੀ ਦੇਖੋ ਜੀ ਆ ਛੋਟੇ ਜਿਹੇ ਬੱਚੇ ਨੇ ਕੱਡੀਆਂ ਸੋਹਣੀਆਂ ਗੱਲਾਂ ਕੀਤੀਆਂ ਵਾ ਵੀ ਜਿਹੜਾ ਇਹ ਇਹ ਆਰਗੇਨਿਕ ਜਿਹੜੀ ਫਸਲ ਆ ਉਹਦਾ ਜਿਹੜੀ ਉਹਦੇ ਵਿੱਚ ਫਰੂਟ ਵਿੱਚ ਮਠਾਸ ਆ ਉਹ ਇੱਕ ਕੁਦਰਤੀ ਮਠਾਸ ਆ ਤੇ ਜਿਹੜੀਆਂ ਆਪਾਂ ਕੋਈ ਦੁਕਾਨਾਂ ਤੋਂ ਚੀਜ਼ਾਂ ਖਰੀਦਦੇ ਆ ਉਹਦੀ ਜਿਹੜੀ ਮਠਾਸ ਹੁੰਦੀ ਉਹ ਇੱਕ ਆਪ ਪੈਦਾ ਕੀਤੀ ਗਈ ਹੁੰਦੀ ਆ ਉਹਦੇ ਵਿੱਚ ਕੋਈ ਟੀਕੇ ਲਾਏ ਗਏ ਹੁੰਦੇ ਆ ਜਾਂ ਕੋਈ ਖਾਦਾਂ ਦਵਾਈਆਂ ਤਰ੍ਹਾਂ-ਤਰ੍ਹਾਂ ਦੀਆਂ ਉਹਦੇ ਵਿੱਚ ਪਾ ਕੇ ਤੇ ਉਹ ਫਰੂਟ ਨੂੰ ਤਿਆਰ ਕੀਤਾ ਗਿਆ ਹੁੰਦਾ ਵਾ ਇੱਥੇ ਆ ਕੀ ਲੱਗਾ ਜੇ ਆਪਣਾ ਮਿਰਜੀ ਆ ਕਿਹੜੀ ਚੀਜ਼ ਆ ਇਹ ਨਿੰਬੂ ਵੱਡੇ ਨਿੰਬੂ ਦਾ ਬੂਟਾ ਤੇ ਨਾਲ ਫਕੀਤਾ ਵਾ अच्छा जी हां ये अचार वास्ते नींबू आ ये हां टकनीवी वास्ते ਤੇ ਇਹ ਘਾਟੀ ਵਰਤੋਂ ਚ ਆਉਂਦਾ ਵਾ ਤੇ ਅਚਾਰ ਵਾਸਤੇ ਜਿਆਦਾ ਬੈਸਟ ਰਹਿੰਦਾ ਹੈ ਵਧੀਆ ਵਾ ਤੇ ਨਾਲੇ ਪਾ ਤੁਸੀਂ ਪਹਿਲਾਂ ਨਿੰਬੂ ਖਾਇਆ ਸੀ ਉਹ ਨਿੰਬੂ ਜਿਹੜਾ ਵਾ ਉਹ ਕਾਦੇ ਵਾਸਤੇ ਵਰਤੇ ਜਾਂਦਾ ਉਹ ਟਕਨੀਵੀ ਵਾਸਤੇ ਤੇ ਸਲਾਦ ਵਾਸਤੇ ਉੱਤੇ ਜਿਹੜਾ ਪਾਉਣਾ ਉਹ ਇਹ ਨਿੰਬੂ ਆ ਅਚਾਰ ਵਾਸਤੇ ਜਿਆਦਾ ਵਰਤੋਂ ਜਾਂਦਾ ਵਾ ਅਚ ਇਹ ਜਿਆਦਾ ਚਾਰ ਵਾਸਤੇ ਆਉਂਦਾ ਤੇ ਇੱਕ ਪਪੀਤਾ ਵੀ ਲੱਗਾ ਵਿੱਚ ਪਪੀਤਾ ਵੀ ਆ ਨਾਲੇ ਲੱਗਾ ਵਾ ਵੇਖੋ ਫਲ ਵੀ ਲੱਗਾ ਆਇਆ ਵਾ ਇਹਨੂੰ ਇਹ ਟੱਕਿਆ ਵਾ ਫਲ ਆ ਵੇਖੋ ਇਹ ਨੂੰ ਫੇਰ ਹੁਣ ਦਵਾਈ ਨਹੀਂ ਨਾ ਮੈਂ ਕਿਹਾ ਵੇਖੋ ਮੱਖੀ ਡੰਗ ਮਾਰ ਗਈ ਆ ਜਿਹੜਾ ਬੇਕਾਰ ਰਹਿ ਗਿਆ ਵਾ ਆ ਵੇਖ ਆ ਚੀਜ਼ ਮਾਰ ਜਾਂਦੀ ਆ ਫਿਰ ਜਦੋਂ ਆਪਾਂ ਆ ਵੇਖੋ ਮੈਕ ਵਿੱਚ ਬੋਲੇ ਅੱਛਾ ਇਹ ਪੀਤੇ ਬਾਰੇ ਦੱਸਿਓ ਜਰਾ ਪੀਤੇ ਬਾਰੇ ਵੇਖੋ ਜੀ ਲਾਇਆ ਤੇ ਹਨਮਨ ਸਿੰਪਲ ਵਾਸਤੇ ਤੇ ਜਿਹੜੀ ਚੀਜ਼ ਆ ਵੇਖੋ ਟਾਕੇ ਰੱਖੀ ਉਹ ਐਡਾ ਫਰੂਟ ਹੋ ਗਿਆ ਵਾ ਜਿਹੜਾ ਨਹੀਂ ਟੱਕਿਆ ਆ ਵੇਖੋ ਉਹ ਐਡਾ ਰਹਿ ਗਿਆ ਵਾ ਕਿਉਂਕਿ ਇਹਨੂੰ ਮੱਖੀ ਵੀ ਡੰਗ ਮਾਰ ਜਾਂਦੀ ਆ ਹੋਰ ਵੀ ਕਈ ਖਰਾਬੀਆਂ ਆਉਂਦੀਆਂ ਵਾਤਾਵਰਨ ਚੋਂ ਜੇ ਜੈਪਨ ਸਪਰੇ ਨਹੀਂ ਕਰਦੇ ਤੇ ਥੋੜਾ ਬਹੁਤ ਤੇ ਫੇਰ ਕੁਝ ਨਾ ਕੁਝ ਤੇ ਕਰਨਾ ਹੀ ਪਊਗਾ ਨਾ ਤੇ ਉਹਦੇ ਵਾਸਤੇ ਇਹਨੂੰ ਟਾਕੇ ਰੱਖਿਆ ਵਾ ਤੇ ਫਰੂਟਾਂ ਵੇਖੋ ਵੱਡਾ ਹੋ ਗਿਆ ਵਾ ਉਹਦੇ ਨਾਲੋਂ ਸਹਿਜ ਚ ਤੁਹਾਨੂੰ ਦੇਖਣ ਡਿਆ ਵਾ ਤੇ ਇਹਦੇ ਚੋਂ ਆਹ ਜਿਹੜਾ ਉੱਪਰਲਾ ਵਾ ਨਹੀਂ ਟਕਿਆ ਇਹਦੇ ਵਿੱਚੋਂ ਵੇਖੋ ਆਹ ਦੁੱਧ ਜਿਹਾ ਵਗਦਾ ਵਾ ਇਹਦੇ ਨਾਲ ਕਾਣਾ ਵੀ ਪੈ ਸਕਦਾ ਵਾ ਠੀਕ ਆ ਹਾਂਜੀ ਬਿਮਾਰੀਆਂ ਤੇ ਹੈਗੀਆਂ ਮੈਂ ਪਰ ਕੁਝ ਨਾ ਕੁਝ ਆਰਗੈਨਿਕ ਵਾਸਤੇ ਕਰਨਾ ਵੀ ਪੈਂਦਾ ਵਾ ਹੱਥੀ ਵੀ ਥੋੜਾ ਬਹੁਤ ਇਨਾਂ ਤੋਂ ਅੱਗੇ ਹੁਣ ਤੁਹਾਡੀ ਕੋਈ ਅਗਲੀ ਰਣਨੀਤੀ ਕੀ ਹੈ ਮਤਲਬ ਆ ਤੁਸੀਂ ਜਿਹੜੇ ਸਾਨੂੰ ਫਸਲਾਂ ਵਿਖਾਈਆਂ ਜਾਂ ਫਰੂਟ ਵਿਖਾਏ ਮਤਲਬ ਬੜਾ ਕੁਛ ਤੁਸੀਂ ਹਾਂ ਸ਼ੁਰੂ ਕੀਤਾ ਵਾ ਤੁਹਾਡਾ ਇਸ ਤੋਂ ਅੱਗੇ ਕੀ ਵਿਚਾਰ ਹੈ ਕਿ ਹੋਰ ਕਿਹੜੇ ਕਿਹੜੀ ਚੀਜ਼ ਤੁਸੀਂ ਹੋਰ ਗਾੜੀ ਨਵੀਂ ਪੈਦਾ ਕਰਨੀ ਚਾਹੁੰਦੇ ਜੀ ਕੋਈ ਹੁਣ ਸਭ ਤੋਂ ਮਾੜੀ ਤੇ ਲੋਕ ਖੰਡ ਹੀ ਖਾਂਦੇ ਆ ਸਾਡੀ ਤੇ ਵਿਚਾਰ ਇਹ ਆ ਕਿ ਇਹਦੇ ਬਾਰੇ ਥੋੜਾ ਜਿਹਾ ਖੜੋਤ ਆ ਜਾਵੇ ਖੰਡ ਨਾਲ ਲੋਕ ਖਾਣ ਤੇ ਗੁੜ ਖਾਣ ਤੇ ਗੁੜ ਜਿਹੜਾ ਹੁਣ ਤਿਆਰ ਕੀਤਾ ਜਾਂਦਾ ਵਾ ਨਾ ਘਰ ਜਿਹਦੇ ਵਿੱਚ ਲੀਵਰ ਪੈ ਕੇ ਤੇ ਥੋੜਾ ਜਿਹਾ ਮਹਿੰਗਾ ਪੈਂਦਾ ਵਾ ਤੇ ਲੋਕ ਫਿਰ ਜਦੋਂ ਮਾਰਕੀਟ ਚ ਆਉਂਦੀ ਆ ਨਾ ਚੀਜ਼ ਉਹਨੂੰ ਫਿਰ ਇੱਕੇ ਬਰਾਬਰ ਤੋਲ ਦਿੰਦੇ ਆ ਜਿਸ ਤਰ੍ਹਾਂ ਆਪਾਂ ਨੇ ਸਾਨੂੰ 45 ਜਾਂ 40 ਰੁਪਏ ਮਿਲਦਾ ਵਾ ਪਰ ਇਹ ਫਿਰ ਵਾਰਾ ਨਹੀਂ ਗਾ ਖਾਂਦਾ ਤਾਂ ਕਰਕੇ ਥੋੜੀ ਈ ਜੀ ਰਹਿ ਜਾਂਦੀ ਆ ਤੇ ਸਾਡੀ ਇੱਛਾ ਤੇ ਇਹੋ ਆ ਕਿ ਇਹ ਥੋੜਾ ਜਿਹਾ 10-20 ਰੁਪਏ ਮਹਿੰਗਾ ਵਿਕੇ ਚੀਜ਼ ਤੇ ਸਾਨੂੰ ਵੀ ਕੁਝ ਪ੍ਰੋਫਿਟ ਹੋ ਜਵੇ ਤੇ ਇਹ ਬਣ ਜਾਣ ਚੀਜ਼ਾਂ ਦੇ ਲੋਕ ਖਾਣ ਤੇ ਸਿਹਤ ਚੰਗੀ ਰਵੇ ਮੈਂ ਤੁਹਾਡਾ ਵਿਚਾਰ ਹੁਣ ਇਹ ਆ ਕਿ ਤੁਸੀਂ ਆਪਣਾ ਵਤ ਵਤ ਗੰਨੇ ਉਗਾ ਕੇ ਉਹਨਾਂ ਤੋਂ ਗੁੜ ਤਿਆਰ ਦੇਸੀ ਕੀਤਾ ਜਾਵੇ ਤੇ ਉਹ ਜਨਤਾ ਨੂੰ ਦਿੱਤਾ ਜਾਵੇ ਤੇ ਕੋਈ ਚਲੋ ਜੀ ਤਗੜੇ ਲੋਕ ਖਾ ਲੈਣ ਮਤਲਬ ਥੋੜੇ ਜਿਹਾ 10 ਰੁਪਏ ਮਹਿੰਗਾ ਲੀਕੇ ਜੇ 10 15 ਰੁਪਏ ਤੇ ਥੋੜੀ ਜੀ ਮੁਨਾਫਾ ਹੋ ਜਵੇ ਸਾਨੂੰ ਤੇ ਉਹਨਾਂ ਦੇ ਨਾਲ ਲਾ ਕੇ ਫਿਰ ਦੂਜੇ ਲੋਕ ਵੀ ਆ ਜਾਣ ਉਸੇ ਲੀ ਦੇ ਉੱਤੇ ਤੇ ਚਲੋ ਜੀ ਸਿਹਤ ਚੰਗੀ ਰਹਿ ਜਵੇ ਕੋਈ ਸਬਜ਼ੀਆਂ ਮੈਂ ਲਾਈਆਂ ਤੁਹਾਨੂੰ ਆਰਗੈਨਿਕ ਸਬਜ਼ੀਆਂ ਤੇ ਖਾਣ ਵਾਸਤੇ ਲਾਈਆਂ ਵਾ ਪਰ ਇਹ ਜੇ ਮੰਡੀ ਕਰਨ ਵਾਸਤੇ ਨਹੀਂ ਗੀਆਂ ਜਿਆਦੀਆਂ ਅੱਛਾ ਸਬਜ਼ੀ ਕਿਹੜੀ ਕਿਹੜੀ ਲਾਈ ਆ ਸਬਜ਼ੀ ਹੁਣ ਸਿਆਲ ਦੀ ਤੇ ਤਕਰੀਬਨ ਸਾਡੇ ਕੋਲ ਸਾਰੀ ਦੀ ਸਾਰੀ ਆਰਗੈਨਿਕ ਆ ਸਾਗ ਮੂਲੀ ਸਰ੍ਹਗਮ ਤੇ ਪਾਲਕ, ਮੇਥੀ, ਧਨੀਆ, ਜੋ ਵੀ ਐ ਸਿਆਲ ਦੀ ਰੋਟ ਦਾ ਜਿੰਨਾ ਵੀ ਸੁੰਗਰਾ, ਜੋ ਰ ਪਰ ਸਾਰਾ ਕੁਝ ਲਾਇਆ ਜੀ। ਥੋੜੇ-ਥੋੜੇ ਥਾਂ ਦੇ ਵਿੱਚ ਕਿਉਂ 5-6 ਜੀਆ ਦਾ ਪਰਿਵਾਰ ਹੈ ਸਾਡਾ ਜਿਹੜਾ ਵਾ ਇਹਦੇ ਵਾਸਤੇ ਥੋੜਾ ਜਿਹਾ ਹੀ ਚਾਹੀਦਾ ਵਾ ਤੇ ਇੱਕ ਕਿੱਲੇਕ ਦਾ ਵਾਰਾ ਅਸੀਂ ਛੱਡਿਆ ਵਾ ਤਾਂ। ਤੇ ਮੱਜਾਂ ਵਾਂ ਤਿੰਨ-ਚਾਰ ਰੱਖੀ ਜਾਂ ਉਹ ਰੂੜੀ ਵੀ ਸਾਡੀ ਆਪਣੀ ਘਰੋਂ ਤਿਆਰ ਹੋ ਜਾਂਦੀ ਹੈ ਕੋਈ ਮੁੱਲ ਨਹੀਂ ਲਿਆਉਂਦੇ ਅਸੀਂ। ਠੀਕ ਹੈ। ਹਾਂ ਤੇ ਬੂਟਿਆਂ ਨੂੰ ਇਹੀ ਇਹ ਜੇ ਪਾਉਨੇ ਆ ਤੇ ਪਿਸ਼ਾਬ ਪਾਉਨੇ ਆ ਮਾਲ ਦਾ ਤੇ ਉਹਦੇ ਵਿੱਚ ਪਾਣੀ ਰਲਾ ਕੇ ਪਾ ਦਈਦਾ ਵਾ ਤੋ ਉਹ ਤਾਂ ਬੜਾ ਵਧੀਆ ਰਿਜ਼ਲਟ ਆਉਂਦਾ ਵ ਤੇ ਇੱਕ ਬੂਟਾ ਹਨੇਮ ਦਾ ਲਾਇਆ ਵਾ ਉਹਦੇ ਪੱਤੇ ਤੇ ਕੁਝ ਲੱਸੀ ਰਲਾ ਕੇ ਰੱਖ ਲੈਨੇ ਆ ਤੇ ਜੇ ਕੋਈ ਮੱਖੀ ਵਗੈਰਾ ਜਾਪਦੀ ਆ ਤਾਂ ਉਹਦੀ ਸਪਰੇਅ ਕਰ ਦਈਦੀ ਆ ਨਹੀਂ ਜਿੱਦਾਂ ਕਿ ਕਣਕ ਆ ਤੁਸੀਂ ਕਣਕ ਬੀਜ ਦੇ ਜੇ ਤੇ ਕੋਈ ਆਪਣੇ ਵਾਸਤੇ ਆਪਣੇ ਖਾਣ ਵਾਸਤੇ ਉਹਨੂੰ ਕੋਈ ਖਾਦਾਂ ਦਵਾਈਆਂ ਤੋਂ ਬਿਨਾਂ ਬੀਜ ਦੇ ਕੇ ਜਾਂ ਨਹੀਂ ਇਹ ਜੇ ਕਣਕ ਦਾ ਨਹੀਂ ਗਾਵੇਂ ਮੈਂ ਤੁਹਾਨੂੰ ਝੂਠ ਮਾਰੀ ਜਾਵਾਂ ਵੀ ਇਹ ਹੀ ਹਰੇਕ ਚੀਜ਼ ਨਹੀਂ ਕਣਕ ਝੋਨੇ ਦਾ ਨਹੀਂ ਚੌਲ ਤੇ ਹੀ ਖਾਣੇ ਬਹੁਤ ਘਾਟੇ ਹਨ ਠੀਕ ਹੈ ਤੇ ਕਣਕ ਦੇ ਵੈਸੇ ਇਹੀ ਉਹੋ ਹੀ ਖਾਈ ਜਾਂਦੇ ਨੇ ਕਿਉਂਕਿ ਕਣਕ ਨੂੰ ਟੀਕਾ ਵਗੈਰਾ ਤੇ ਕੋਈ ਲੱਗਦਾ ਨਹੀਂਗਾ ਖਾਦ ਤੇ ਦਵਾਈ ਹੁੰਦੀ ਆ ਜ਼ਿਆਦਾਤਰ ਜਿੰਨੀਆਂ ਵੀ ਇਹ ਫਲਦਾਰ ਸਬਜ਼ੀਆਂ ਫਰੂਟ ਐ ਨਾ ਇਹਨੂੰ ਹੁਣ ਚਲੋ ਅਸੀਂ ਵੇਖਿਆ ਤਰੀਕਾ ਪਰ ਆਮ ਜਨਤਾਾਂ ਦੀ ਆ ਵੀ ਦਵਾਈਆਂ ਦੀ ਜਾਰੀ ਵਰਤੋਂ ਹੋਣ ਡੈ ਵੀ ਆ ਜਿਹੜੀ ਸਿਹਤ ਵਾਸਤੇ ਬਹੁਤੀ ਬਾੜੀ ਆ ਠੀਕ ਹੈ ਹਾਂ ਕਿਉਂਕਿ ਐਡੇ ਇਹੀ ਗਾਂ ਵਧੂ ਤੇ ਹੈ ਨਹੀਂਗੇ ਵੀ ਇਹੀ ਟੀਕੇ ਲੱਗਦੇ ਵੇਖੇ ਆ ਪਰ ਹੁਣ ਲੋਕ ਤੇ ਆਮ ਵੀ ਆਖੀ ਜਾਂਦੇ ਆ ਨਾ ਵੀ ਇਹ ਸਬਜ਼ੀਆਂ ਨੂੰ ਜਿੱਤਰਾ ਵਾਟਰਮੈਲਨ ਬਾਰੇ ਦੱਸਿਆ ਵਾ ਵੀ ਟੀਕੇ ਲਾ ਕੇ ਤਿਆਰ ਹੁੰਦਾ ਦੂਜਾ ਚੀਜ਼ ਤੇ ਜੀ ਚੀਜ਼ ਤੇ ਇਹ ਪਰ ਸਿਹਤ ਵਾਸਤੇ ਤੇ ਮਾੜੀ ਆ ਨਾ ਇਹ ਕਾ ਤੁਸੀਂ ਨਿੰਮ ਲਾਈ ਆ ਇਹਦਾ ਨਿੰਮ ਦਾ ਵੀ ਕੋਈ ਕਿਸੇ ਤਰ੍ਹਾਂ ਦਾ ਫਾਇਦਾ ਲੈਂਦੇ ਜੇ ਨਿੰਮ ਕੋ ਤੇ ਵੇਖੋ ਜੀ ਇਹੀ ਸੈਂਕੜੇ ਫਾਇਦੇ ਲੈਨੇ ਇੱਕ ਤੇ ਇਹਦੀ ਦਾਤਣ ਆ ਹਾਂਜੀ ਇਹਦੀ ਉਹ ਜੇ ਕਰ ਲਈਏ ਤੇ ਬੁੱਟ ਤੇ ਸਾਡੇ ਦੰਤ ਤੰਦਰੁਸਤ ਰਹਿੰਦੇ ਆ ਤੇ ਇਹਦੇ ਪੱਤਿਆਂ ਦੇ ਉਤੋਂ ਥੋੜੀ ਜੀ ਦਵਾਈ ਤਿਆਰ ਕਰਕੇ ਇਹ ਆਪਣੇ ਬੂਟਿਆਂ ਨੂੰ ਸਪਰੇਅ ਕਰ ਲੈਨੇ ਆ ਉਹ ਵੀ ਫਾਇਦਾ ਹੋ ਗਿਆ ਫੇਰ ਹੋਰ ਫਾਇਦਾ ਤੇ ਜਿਹੜਾ ਹੋਣਾ ਹੈ ਹੋਣਾ ਵਾ ਆਮ ਜਨਤਾ ਨੂੰ ਵੀ ਇਹਦਾ ਫਾਇਦਾ ਵੇਖੋ ਜੀ ਜਿਹਨੂੰ ਆਪਾਂ ਆਪਨੇ ਕੱਖ ਲੱਗ ਗਿਆ ਇਹ ਸੱਪ ਦੇ ਜਿੱਤੇ ਜ਼ਹਿਰ ਛੁੱਟੀ ਹੁੰਦੀ ਹੈ ਨਾ ਉਹ ਤੇ ਜੇ ਆਪਣਾ ਹੱਥ ਪੈਰ ਲੱਗ ਜਵੇ ਤੇ ਹੰਦੇ ਕੱਖ ਲੱਗ ਜਾਂਦਾ ਉੱਥੇ ਜ਼ਖਮ ਹੋ ਜਾਂਦਾ ਵਾ ਇਸ ਨਿਮ ਦੇ ਨਾਲ 3-4 ਦਿਨ ਤੋਂ ਲੈਂਦੇ ਆ ਲੋਕ ਤੇ ਉਹ ਠੀਕ ਹੋ ਜਾਂਦਾ ਵਾ ਇਸ ਤੇ ਮਤਲਬ ਇਹੋ ਹੀ ਮੁਨਾਫਾ ਸਮਝਦੇ ਆ ਬਾਕੀ ਹੋਰ ਵੀ ਸਾਇੰਸ ਦੇ ਹੋ ਸਕਦੇ ਆ ਮੁਨਾਫੇ ਹੁੰਦੇ ਹੋਣ ਪਰ ਜਾਦੇ ਨਹੀਂ ਜੇ ਸਾਡੇ ਕੋ ਦੇਸੀ ਨੁਕਤੇ ਦੇ ਹਿਸਾਬ ਨਾਲ ਹੋਰ ਕਿਸਾਨ ਵੀਰਾਂ ਨੂੰ ਕੋਈ ਸੰਦੇਸ਼ ਦੇਣਾ ਚਾਹੋਗੇ ਕਿਸੇ ਤਰ੍ਹਾਂ ਦਾ ਸੰਦੇਸ਼ ਤੇ ਮੈਂ ਇਹੋ ਚਾਹਨਾ ਵੀ ਖਾਦ ਤੇ ਦਵਾਈਆਂ ਦੀ ਥੋੜੀ ਜੀ ਵਰਤੋਂ ਘਟਾ ਲੈਣਾ ਤੇ ਜਨਤਾ ਨੂੰ ਆਪਣੇ ਨਾਲ ਜੋੜ ਲੈਣਾ ਤੇ ਕੁਝ ਗਵਰਨਮੈਂਟ ਮਾੜਾ ਮੋੜ ਕਰੇ ਤੇ ਫਿਰ ਆਪਣਾ ਚੱਲ ਜਵੇ ਸਿਸਟਮ ਤੇ ਸਿਹਤ ਚੰਗੀ ਰਹੇ ਸਾਡੇ ਹਿੰਦੁਸਤਾਨ ਦੀ ਤੇ ਬੱਚੇ ਤੰਦਰੁਸਤ ਰਹਿਣ ਸੰਦੇਸ਼ ਤੇ ਮੇਰਾ ਇਹੋ ਹੀ ਆ ਸਭ ਤੋਂ ਵਧੀਆ ਤੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਇਹ ਸਨਜੀ ਸਾਡੇ ਪਿੰਡ ਧਾਲੜ ਦੇ ਕਿਸਾਨ ਬਲਬੀਰ ਸਿੰਘ ਜੀ ਜਿਨ੍ਹਾਂ ਨੇ ਕਿ ਬੜਾ ਵਧੀਆ ਉਪਰਾਲਾ ਕੀਤਾ ਕਿ ਬਹੁਤ ਸਾਰੀਆਂ ਇਹਨਾਂ ਨੇ ਫਸਲਾਂ ਆਰਗੈਨਿਕ ਤਿਆਰ ਕੀਤੀਆਂ ਵਾ ਤੇ ਇਹਨਾਂ ਦਾ ਗਾਂ ਅੱਗੇ ਤੋਂ ਵੀ ਅਗਲਾ ਟੀਚਾ ਇਹਨਾਂ ਦਾ ਹੈਗਾ ਵੀ ਇੱਕ ਇਹ ਚਾਹੁੰਦੇ ਆ ਕਿ ਕੁਝ ਕਿੱਲੇ ਦੋ ਕਿੱਲਾਂ ਦੇ ਵਿੱਚ ਕਮਾਦ ਬੀਜ ਕੇ ਜਿਹਨੂੰ ਆਪਾਂ ਗੰਨਾ ਕਹਿ ਦਿੰਦੇ ਆ ਗੰਨਾ ਬੀਜ ਕੇ ਉਹਦਾ ਆਪ ਗੁੜ ਤਿਆਰ ਕਰਕੇ ਆਰਗੈਨਿਕ ਗੁੜ ਤਿਆਰ ਕਰਕੇ ਤੇ ਉਹਦਾ ਵਪਾਰ ਕੀਤਾ ਜਾਵੇ ਜਿਹਦੇ ਵਿੱਚ ਕਿ ਲੋਕਾਂ ਨੂੰ ਵੀ ਫਾਇਦਾ ਹੋਊਗਾ ਚਲੋ ਕੋਈ 5-10 ਰੁਪਏ ਆਮ ਬਾਜ਼ਾਰ ਨਾਲੋਂ ਮਹਿੰਗਾ ਜ਼ਰੂਰ ਹੋਊਗਾ ਪਰ ਉਹਦਾ ਬਹੁਤ ਸਾਰਾ ਸਰੀਰ ਵਾਸਤੇ ਉਹਦਾ ਫਾਇਦਾ ਹੋਊਗਾ ਤੇ ਇਸੇ ਤਰ੍ਹਾਂ ਇਹਨਾਂ ਨੇ ਹੋਰ ਵੀ ਇਹਨਾਂ ਨੇ ਦੱਸਿਆ ਕਿ ਜਿੰਨੀਆਂ ਵੀ ਇਹ ਸਬਜ਼ੀਆਂ ਖਾਸ ਕਰਕੇ ਜੇ ਫਿਲਹਾਲ ਆਪਣੇ ਘਰ ਵਾਸਤੇ ਅਗਾਉਂਦੇ ਆ ਅਜੇ ਵਪਾਰ ਨਹੀਂ ਇਹਨਾਂ ਨੇ ਮੰਡੀ ਕਰਨੀ ਕੀਤਾ ਨਾ ਤੇ ਘਰ ਵਾਸਤੇ ਜਿੰਨੀਆਂ ਵੀ ਇਹ ਸਬਜ਼ੀਆਂ ਬੀਜਦੇ ਆ ਸਾਰੀਆਂ ਆਰਗੈਨਿਕ ਹੁੰਦੀਆਂ ਵਾ ਤੇ ਇਹਨਾਂ ਦੀ ਹੋਰ ਮਤਲਬ ਇਸੇ ਤਰ੍ਹਾਂ ਇਸ਼ਿਆਵਾਪੀ ਵਾਤੋਂ ਵਾਦ ਸਬਜ਼ੀਆਂ ਜਾਂ ਫਲ ਫਰੂਟ ਆਰਗੈਨਿਕ ਤਿਆਰ ਕਰਨ ਤੇ ਆਉਣ ਵਾਲੇ ਸਮੇਂ ਵਿੱਚ ਇਹ ਮੰਡੀਕਰਨ ਵੀ ਕਰਨਗੇ ਮੈਂ ਜਨੈਲਾਗੁਰੂ ਤੇ ਜਸਪਾਲ ਸ਼ਰਮਾ ਦਾ ਸਾਮਰ ਨਿਊਜ਼